ਵਾਲੀ ਜੇਲ੍ਹ ਹੈ ਜੀ ਉਹ ਮਸ਼ਹੂਰ ਰਹੀ ਹੈ ਜੇਲ੍ਹ ਪੁਰਾਣਿਆਂ ਸਮਿਆਂ ਤੋਂ ਕਿ ਜਿਹੜੇ ਫਰੀਡਮ ਫਾਈਟਰ ਸੀਗੇ ਜਿਨ੍ਹਾਂ ਨੂੰ ਉੱਥੇ ਰੱਖਦੇ ਸੀਗੇ ਉਹਨਾਂ ਨੂੰ ਉੱਥੇ ਟੋਰਚਰ ਕਰਨ ਦੇ ਬਹੁਤ ਤਰੀਕੇ ਨੇ ਅੰਡੋਮਾਨ ਨਿਕੋਬਾਰ ਜੇਲ੍ਹ 'ਚ। ਇਸੇ ਕਰਕੇ ਉਹਨੂੰ ਕਾਲਾ ਪਾਣੀ ਦੀ ਸਜ਼ਾ ਵਾਲੀ ਜੇਲ੍ਹ ਕਹਿੰਦੇ ਆ। ਉੱਥੇ ਕੋਈ ਮੋਬਾਈਲ ਨਹੀਂ ਚੱਲਣਾ। ਆਪਣੇ ਜਿਹੜੇ ਮੁੰਡੇ ਨੇ ਜਿਵੇਂ ਇੱਥੇ ਜੇਲ੍ਹਾਂ 'ਚ ਇਹ ਹੋ ਜਾਂਦਾ ਵੀ ਲੜ ਪਏ ਜੀ, ਉੱਥੇ ਅੱਖ ਨਹੀਂ ਚੱਕ ਸਕਦੇ। ਕਾਰਨ ਕੀ ਇਹੋ ਜਿਹਾ ਕੀ ਕਰਦੇ ਨੇ ਉਹ? ਬਸ ਉਹ ਕਿਉਂਕਿ ਉਹ ਪੁਰਾਣੀ ਗੋਰਿਆਂ ਦੇ ਜਬ ਟਾਈਮ ਦੀ ਜੇਲ੍ਹ ਹੈ ਜੀ, ਉੱਥੇ ਉਹੋ ਜਿਹਾ ਉੱਥੋਂ ਦਾ ਸਟਾਫ ਟ੍ਰੇਨਡ ਹੈ। ਠੀਕ ਹੈ, ਅਗਲੇ ਨੇ ਸਿਰ ਨਹੀਂ ਚੱਕਣ ਦੇਣਾ, ਮਿੰਟ 'ਚ ਥੱਲੇ ਸੁੱਟ ਲਿਆ। ਉੱਥੋਂ ਦੇ ਜਿਹੜੇ ਇੰਪਲੋਈਜ਼ ਨੇ ਜੀ, ਉਹ ਨਾ ਤਾਂ ਪੰਜਾਬੀ ਨੇ, ਨਾ ਮਰਾਠੀ ਨੇ, ਨਾ ਗੁਜਰਾਤੀ ਨੇ, ਉਹ ਉੱਥੋਂ ਦੇ ਲੋਕਲ ਨੇ। ਉਹਨਾਂ ਨੂੰ ਕੁਛ ਨਹੀਂ ਪਤਾ ਵੀ ਕੌਣ ਹੈ ਲਾਰੈਂਸ ਜਾਂ ਕੌਣ ਹੈ ਜੱਗੂ ਜਾਂ ਕੌਣ ਹੈ ਗਗਨ, ਉਹ ਨਹੀਂ ਜਾਣਦੇ। ਉਹਨਾਂ ਵਾਸਤੇ ਤਾਂ ਇਹ ਕੈਦੀ ਨੇ, ਇੱਥੋਂ ਟ੍ਰਾਂਸਫਰ ਹੋ ਕੇ ਉੱਥੇ ਆਏ ਨੇ, ਉਹ ਬਣਾਉਣਗੇ ਬੰਦਾ ਸਾਰਿਆਂ ਦਾ। ਆਮ ਤੌਰ 'ਤੇ ਅਸੀਂ ਦੇਖਦੇ ਹਾਂ ਵੀ ਜ਼ਿਆਦਾ ਗੱਲਾਂ ਹਮੇਸ਼ਾ ਕਨੈਕਟੀਵਿਟੀ ਦਾ ਸਾਧਨ ਮੋਬਾਈਲ ਰਿਹਾ। ਜਿੱਥੇ ਕਹਿੰਦੇ ਜੈਮਰ ਲੱਗੇ ਹੋਏ ਨੇ ਉੱਥੇ ਵੀ ਮੋਬਾਈਲ ਚੱਲੀ ਜਾਂਦੇ ਨੇਗੇ, ਇਹ ਫਿਰ ਚੀਜ਼ਾਂ ਉੱਥੇ ਜਾ ਕੇ ਨਹੀਂ ਸੰਭਵ ਹੋ ਪਾਉਣਾ? ਨਹੀਂ, ਉੱਥੇ ਜਾ ਕੇ ਇਸ ਕਰਕੇ ਨਹੀਂ ਸੰਭਵ ਹੋ ਪਾਉਣਗੀਆਂ ਕਿਉਂਕਿ ਉੱਥੇ ਇੱਕ ਤਾਂ ਬਿਲਕੁਲ ਨਵਾਂ ਐਟਮੋਸਫੇਅਰ ਹੈ ਨਾ ਵਾਸਤੇ। ਉੱਥੇ ਕਿਹੜਾ ਕੋਈ ਪੰਜਾਬ ਪੁਲਿਸ ਦੇ ਬੰਦੇ ਲੱਗੇ ਆ ਜੀ ਅੰਦਰ ਜਿਹੜੇ ਗੱਲ ਮੰਨ ਲੈਣਗੇ ਨਾ। ਗੈਂਗਸਟਰਾਂ ਦੇ ਮਨ 'ਚ ਵੀ ਖੌਫ ਹੈਗਾ ਉਸ ਉੱਥੇ ਜਾਣ ਨੂੰ ਲੈ ਕੇ ਵੀ ਉੱਥੇ ਭੇਜ ਤਾ ਸਾਡੇ ਨਾਲ ਪਤਾ ਨਹੀਂ ਕੀ ਹੋਣਾ? ਜੀ ਬਿਲਕੁਲ ਹੈਗਾ ਜੀ, ਜਦ ਇਹ ਗੱਲ ਅੰਡੋਮਾਨ ਨਿਕੋਬਾਰ ਵਾਲੀ ਜਾਂ ਸਾਊਥ ਵਾਲੀ ਸ਼ੁਰੂ ਹੋਈ ਹੈ, ਜਿਹੜੇ 2000 ਮੇਰੇ ਕੰਟੈਕਟਸ ਨੇ ਉਹ ਮੈਨੂੰ 2 ਵਾਰੀ ਕਹਿ ਚੁੱਕੇ ਕਿ ਭਾਅ ਜੀ ਵੀ ਕੋਈ ਰੇਟਰ ਲਾਓ ਵੀ ਆਪਾਂ ਨਾ ਜਾਈਏ। ਇਹ ਜਦੋਂ ਨਾਮ ਲਿਸਟ ਬਣ ਕੇ ਆ ਗਈ, ਉਹ ਲਿਸਟ ਨੂੰ ਤੁਸੀਂ ਉਰੇ ਚੈਲੇਂਜ ਕਰ ਸਕੋਗੇ? ਚੈਲੇਂਜ ਤਾਂ ਕਰ ਸਕਾਂਗੇ ਜੀ, ਪਰ ਉਹਦਾ ਫਾਇਦਾ ਨਹੀਂ ਹੋਣਾ ਕਿਉਂਕਿ ਕਿਸੇ ਵੀ ਕੋਰਟ ਨੇ ਉਹਨੂੰ ਹੱਥ ਨਹੀਂ ਪਾਉਣਾ, ਕਿਉਂਕਿ NIA ਇਨਵੋਲਵਡ ਹੈ, ਸੈਂਟਰਲ ਗਵਰਨਮੈਂਟ ਇਨਵੋਲਵਡ ਹੈ, ਇੱਕ ਵਾਰੀ ਤਾਂ ਜਾਣਗੇ। ਪੰਜਾਬ ਦੇ ਜੇ ਦੇਖਿਆ ਜਾਵੇ ਕਿੰਨੇ ਕੁ ਨਾਮੀ ਇਸ ਤਰ੍ਹਾਂ ਦੇ, ਜਿਵੇਂ ਲਾਰੈਂਸ ਜੱਗੂ ਕੁਮਾਰਪੁਰੀ ਦੀ ਗੱਲ ਕਰੀ ਤਾਂ ਇਹ ਜਿਵੇਂ ਤੁਸੀਂ ਜੱਜ ਦੀ ਦੱਸ ਰਹੇ ਸੀਗੇ, ਇਹ ਕਿੰਨੇ ਕੁ ਨਾਮ ਨੇ ਜਿਹੜੇ ਟੌਪ 'ਤੇ ਨੇ ਜਿਨ੍ਹਾਂ ਦੇ ਜਾਣ ਦੇ ਚਾਂਸਿਸ ਹੈਗੇ ਨੇ? ਦੇਖੋ ਹਜੇ ਤੱਕ ਆਫਿਸ਼ੀਅਲ ਕੋਈ ਨੰਬਰ ਨਹੀਂ ਆਇਆ ਜੀ, ਲੇਕਿਨ ਜਿੰਨਾ ਕੁ ਅਨਆਫਿਸ਼ੀਅਲੀ ਪਤਾ ਲੱਗਿਆ ਉਹ ਇਹੀ ਹੈ ਕਿ ਇੱਕ ਲਾਰੈਂਸ ਹੈ, ਜੱਗੂ ਹੈ, ਗਗਨ ਜੱਜ ਹੈ, ਰਾਜੀਵ ਰਾਜਾ ਹੈ ਬਠਿੰਡੇ ਜੇਲ੍ਹ, ਮਨਦੀਪ ਹੈ ਔਰ ਅੰਮ੍ਰਿਤਪਾਲ ਹੈ ਔਰ ਇੱਕ ਭਲਵਾਨ ਹੈ। ਸੋ ਇਹਨਾਂ 7-8 ਦਾ ਪਤਾ ਲੱਗਿਆ ਜੀ ਹਜੇ ਕਿ ਇਹਨਾਂ ਦੀ ਚਾਂਸਿਸ ਹੈਗੇ ਨੇ ਉੱਥੇ ਲੈ ਕੇ ਜਾਣ ਦੇ। ਸਤਿ ਸ਼੍ਰੀ ਅਕਾਲ ਜੀ। ਕੱਲ੍ਹ ਜਿਸ ਤਰ੍ਹਾਂ ਦੇ ਨਾਲ ਖਬਰ ਸਾਹਮਣੇ ਆਈ ਕਿ ਜਿਹੜੇ ਟੌਪ ਦੇ ਗੈਂਗਸਟਰ ਨੇ, ਟੌਪ ਦੇ ਇਸ ਕਰਕੇ ਕਹਿ ਰਹੇ ਹਾਂ, ਖੈਰੇ 'ਚ ਕੋਈ ਮਹਾਰਤ ਤਾਂ ਨਹੀਂ ਹੁੰਦੀ, ਪਰ ਜਿਸ ਤਰ੍ਹਾਂ ਦੇ ਨਾਲ ਨਾਮ ਉਹਨਾਂ ਦੇ ਚੱਲਦੇ ਨੇ ਕਿ ਉਹਨਾਂ ਨੂੰ ਸਜਾਏ ਕਾਲਾ ਪਾਣੀ ਦੇ ਜੇਲ੍ਹਾਂ ਦੇ ਵਿੱਚ ਭੇਜਿਆ ਜਾਊਗਾ। ਹੁਣ ਸਜਾਏ ਕਾਲਾ ਪਾਣੀ ਖੈਰ ਪੁਰਾਣੇ ਦੌਰ ਕਰਕੇ ਮਸ਼ਹੂਰ ਹੈ, ਅਤੇ ਗੱਲ ਹੁਣ ਜਦੋਂ ਆ ਗਈ ਕਿ ਪੰਜਾਬ ਦੀ ਜਾਂ ਹੋਰ ਦੇਸ਼ ਦੀਆਂ ਜਿਹੜੀਆਂ ਜੇਲ੍ਹਾਂ ਨੇ ਉਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਸ਼ਿਫਟ ਕੀਤਾ ਜਾਊਗਾ ਕਿ ਉਹਨਾਂ ਦੀ ਕਨੈਕਟੀਵਿਟੀ ਹੈ ਜਿਹੜੀ ਉਹ ਤੋੜੀ ਜਾਵੇ, ਇਹਨਾਂ ਨੂੰ ਲੈ ਕੇ ਉਹਨਾਂ ਗੈਂਗਸਟਰਾਂ 'ਤੇ ਕੀ ਫਰਕ ਪੈ ਜਾਊਗਾ, ਅਤੇ ਦੂਜੇ ਪਾਸੇ ਇਹਨਾਂ ਲਈ ਕਿੱਡੀਆਂ ਕੁ ਦਿੱਕਤਾਂ ਖੜੀਆਂ ਹੋ ਜਾਣਗੀਆਂ, ਜਾਂ ਫਿਰ ਸਿਸਟਮ ਦੇ ਉੱਤੇ ਇੱਕ ਆਈਵਾਸ਼ੀ ਨੂੰ ਕਹਿ ਲਈਏ ਵੀ ਉਵੇਂ ਹੋਊਗਾ। ਇਹ ਸਾਰੀਆਂ ਚੀਜ਼ਾਂ ਨੂੰ ਸਮਝਣ ਵਾਸਤੇ ਕਾਨੂੰਨੀ ਪੱਖ ਕੀ ਕਹਿੰਦੇ ਨੇਗੇ, ਸਾਡੇ ਨਾਲ ਸਤਪਾਲ ਆਨੰਦ ਹੈਗੇ ਨੇ ਐਡਵੋਕੇਟ, ਉਹਨਾਂ ਨਾਲ ਗੱਲਬਾਤ ਕਰਾਂਗੇ। ਆਨੰਦ ਸਾਹਿਬ, ਦੇਖਿਆ ਜਾਵੇ ਜੇ ਕਹੀਏ ਕਿ ਜ਼ਿਆਦਾਤਰ ਗੈਂਗਸਟਰਾਂ ਦੀ ਕੇਸ ਤੁਹਾਨੂੰ ਦੇਖਦੇ ਹਾਂ ਅਸੀਂ ਲੜਦੇ ਹੋਏ ਵੀ, ਅਤੇ ਉਹਨਾਂ ਦੀ ਗੱਲਾਂ ਰੱਖਦੇ ਹੋਏ, ਇਹ ਜਿਹੜਾ ਇੱਕ ਨੁਕਤਾ ਕਹਿ ਲਈਏ ਵੀ ਅਪਣਾਇਆ NIA ਨੇ, ਇਹਦੇ ਨਾਲ ਐਕਚੁਅਲ 'ਚ ਲੱਗਦਾ ਵੀ ਇਹਨਾਂ ਲੋਕਾਂ ਵਾਸਤੇ ਦਿੱਕਤਾਂ ਪਰੇਸ਼ਾਨੀਆਂ ਖੜੀਆਂ ਹੋ ਜਾਣਗੀਆਂ ਵੀ ਕੱਲ੍ਹ ਉਹਨਾਂ ਦੀ ਕਨੈਕਟੀਵਿਟੀ ਟੁੱਟ ਜੂਗੀ? ਜੀ ਬਿਲਕੁਲ, ਪਹਿਲਾਂ ਤਾਂ ਮੇਰੀ ਸਤਿ ਸ਼੍ਰੀ ਅਕਾਲ ਜੀ। ਇਹ ਇਸੇ ਕਰਕੇ ਹੀ ਹੈ ਕਿ ਇਹਨਾਂ ਬੰਦਿਆਂ ਦੀ ਜਿਹੜੀ ਕਨੈਕਸ਼ਨਸ ਨੇ ਇੱਕ ਦੂਸਰੇ ਦੇ ਨਾਲ, ਉਹਨੂੰ ਠੱਲ ਪਾਉਣ ਵਾਸਤੇ, ਉਹਨੂੰ ਰੋਕਣ ਵਾਸਤੇ ਇਹ ਸਾਰਾ ਜਿਹੜਾ NIA ਦਾ ਪ੍ਰੋਗਰਾਮ ਹੈ ਇਹ ਸ਼ੁਰੂ ਹੋਇਆ। ਔਰ ਜੇ NIA ਇਹ ਕਰ ਲੈਂਦੀ ਹੈ 100% ਇਹਦੇ ਨਾਲ ਕ੍ਰਾਈਮ 'ਚ ਬਹੁਤ ਠੱਲ ਪਏਗੀ। ਆਮ ਤੌਰ 'ਤੇ ਅਸੀਂ ਦੇਖਦੇ ਹਾਂ ਵੀ ਜ਼ਿਆਦਾ ਗੱਲਾਂ ਹਮੇਸ਼ਾ ਕਨੈਕਟੀਵਿਟੀ ਦਾ ਸਾਧਨ ਮੋਬਾਈਲ ਰਿਹਾ, ਜਿੱਥੇ ਕਹਿੰਦੇ ਜੈਮਰ ਲੱਗੇ ਹੋਏ ਨੇ ਉੱਥੇ ਵੀ ਮੋਬਾਈਲ ਚੱਲੀ ਜਾਂਦੇ ਨੇਗੇ, ਇਹ ਫਿਰ ਚੀਜ਼ਾਂ ਉੱਥੇ ਜਾ ਕੇ ਨਹੀਂ ਸੰਭਵ ਹੋ ਪਾਉਣਗੀਆਂ? ਨਹੀਂ, ਉੱਥੇ ਜਾ ਕੇ ਇਸ ਕਰਕੇ ਨਹੀਂ ਸੰਭਵ ਹੋ ਪਾਉਣਗੀਆਂ ਕਿਉਂਕਿ ਉੱਥੇ ਇੱਕ ਤਾਂ ਬਿਲਕੁਲ ਨਵਾਂ ਐਟਮੋਸਫੇਅਰ ਹੈ ਇਹਨਾਂ ਵਾਸਤੇ। ਉੱਥੇ ਕਿਹੜਾ ਕੋਈ ਪੰਜਾਬ ਪੁਲਿਸ ਦੇ ਬੰਦੇ ਲੱਗੇ ਆ ਜੀ ਅੰਦਰ ਜਿਹੜੇ ਗੱਲ ਮੰਨ ਲੈਣਗੇ ਇਹਨਾਂ ਦੀ? ਉੱਥੇ ਸੈਂਟਰਲ ਏਜੰਸੀਜ਼ ਨੇ, ਔਰ ਉੱਥੇ ਸਿਰਫ ਜਿਹੜਾ PCO ਹੈ ਉਹੀ ਇੱਕ ਸਾਧਨ ਹੋਊਗਾ ਫੋਨ ਕਰਨ ਦਾ। ਸੋ ਇਨੀਸ਼ੀਅਲ ਜਿਹੜੇ 4-6 ਮਹੀਨੇ ਆ ਉਹ ਤਾਂ ਡਿਫੀਕਲਟੀ ਇਹ ਵਾਲੀ ਜ਼ਰੂਰ ਰਹੇਗੀ, ਉਸ ਤੋਂ ਬਾਅਦ ਕੋਈ ਨਾ ਕੋਈ ਯਤਨ ਕਰਕੇ ਕਰ ਲੈਣ ਅਰੇਂਜਮੈਂਟ ਫੋਨਾਂ ਦਾ, ਤਾਂ ਉਹ ਗੱਲ ਵੱਖਰੀ ਹੈ। ਪਰ ਵਕੀਲ ਸਾਹਿਬ, ਦੇਖਦੇ ਹਾਂ ਵੀ ਉਰੇ ਤੁਸੀਂ ਪਿੱਛੇ ਜੇ ਅਸੀਂ ਦੇਖਿਆ ਸੀ ਤੁਸੀਂ ਕਾਸਾ ਰੌਲਾ ਪਾਇਆ ਵੀ ਉਰੇ TV ਨਹੀਂ ਹੈਗਾ, ਜਾਂ ਉਰੇ ਕਨੈਕਟੀਵਿਟੀ ਦੀ ਗੱਲਬਾਤ ਹੈ ਜਿਹੜੀ ਉਹ ਪੂਰੀ ਨਹੀਂ ਹੋ ਪਾਉਂਦੀ, ਇਹ ਤਮਾਮ ਪਰੇਸ਼ਾਨੀਆਂ ਜਦੋਂ ਉਰੇ ਦੀ ਜੇਲ੍ਹਾਂ ਦੀਆਂ ਨੇਗੀਆਂ, ਉੱਥੇ ਜਾ ਕੇ ਤਾਂ ਯਾਨੀ ਕਿ ਇਹ ਤਾਂ ਸਾਰੀਆਂ ਚੀਜ਼ਾਂ ਖਤਮ ਹੋ ਜਾਣਗੀਆਂ? ਦੇਖੋ ਜਿਹੜਾ ਪਿਛਲਾ ਰੌਲਾ ਸੀਗਾ TV ਵਾਲਾ, ਉਹ ਤੁਹਾਨੂੰ ਮੈਂ ਦੱਸ ਦਿਆਂ ਕਿ ਬਈ ਉਸ ਤੋਂ ਬਾਅਦ TV ਲੱਗ ਗਏ ਸੀ ਜੇਲ੍ਹਾਂ ਦੇ ਅੰਦਰ ਬਠਿੰਡਾ। ਹਾਂਜੀ ਹਾਂਜੀ ਹਾਂਜੀ, ਬਠਿੰਡੇ ਜੇਲ੍ਹ 'ਚ TV ਵੀ ਲੱਗ ਗਏ, ਔਰ ਜਿਹੜੇ PCO ਰਾਹੀਂ ਫੋਨ ਕਰਨ ਦੀ ਜਿਹੜੀ ਸੀਗੀ ਮਨਿਆਦ ਉਹ ਵੀ ਵੱਧ ਗਈ। ਹੁਣ ਜਿੱਥੋਂ ਤੱਕਣ ਫਿਲਹਾਲ ਤਾਂ ਦੇਖੋ ਵੀਰ, ਅੱਜ ਤਾਂ ਇਹ ਹੀ ਨਹੀਂ ਪਤਾ ਕਿ ਬਈ ਇਹ ਕਿਹੜੀ ਜੇਲ੍ਹ 'ਚ ਸ਼ਿਫਟ ਕਰਨਗੇ। ਜੇ ਤਾਂ
ਸਦਨ ਜੇਲ੍ਹ 'ਚ ਲੈ ਕੇ ਜਾਣ, ਉਹ ਇੰਨਾ ਈਜ਼ੀ ਨਹੀਂ ਹੈ ਕਿਉਂਕਿ ਉਹਦੇ ਵਾਸਤੇ ਸਟੇਟ ਗਵਰਨਮੈਂਟ, ਉੱਥੋਂ ਦੀ ਸਟੇਟ ਗਵਰਨਮੈਂਟ ਦੀ ਅਪਰੂਵਲ ਪਰਮਿਸ਼ਨ ਚਾਹੀਦੀ ਹੈ। ਯਾਨੀ ਕਿ ਜਿਵੇਂ ਕਿਹਾ ਜਾ ਰਿਹਾ ਵੀ ਸਾਊਥ ਕੰਨੀ ਲੈ ਜਾਂਗੇ ਜੇ ਲੈ ਕੇ ਜਾਂਦੇ ਰਹੇ ਇਹਨਾਂ ਨੂੰ, ਤਾਂ ਉਹ ਉਹਦੇ ਵਾਸਤੇ ਇਹਨਾਂ ਨੂੰ ਉੱਥੇ ਦੀ ਸਰਕਾਰਾਂ ਦੇ ਨਾਲ ਪਹਿਲਾਂ ਗੱਲ ਕਰਨੀ ਜੀ, ਉਹ ਇੰਨਾ ਈਜ਼ੀ ਨਹੀਂ ਗਾ ਸਾਊਥ ਲੈ ਕੇ ਜਾਣਾ। ਉੱਥੋਂ ਦੀ ਪਹਿਲੇ ਜਿਹੜੀ ਗਵਰਨਮੈਂਟ ਹੈ ਸਟੇਟ ਗਵਰਨਮੈਂਟ, ਉਹ ਅਪਰੂਵ ਕਰੇਗੀ, ਇਹਨਾਂ ਨੂੰ ਪਰਮਿਸ਼ਨ ਮਿਲੇਗੀ, ਫਿਰ ਇਹ ਲੈ ਕੇ ਜਾਣਗੇ ਜੀ। ਸੈਕਿੰਡਲੀ ਜਿਹੜੀ NIA ਹੈ ਉਹ ਇਹ ਵੀ ਸੋਚ ਰਹੀ ਹੈ ਕਿ ਉਹ ਇਹਨਾਂ ਨੂੰ ਜਾਂ ਡਿਬਰੂਗੜ੍ਹ ਜੇਲ੍ਹ ਲੈ ਜਾਣ ਜਾਂ ਅੰਡੋਮਾਨ ਨਿਕੋਬਾਰ ਆਈਲੈਂਡ ਲੈ ਜਾਣ। ਅੰਡੋਮਾਨ ਨਿਕੋਬਾਰ ਆਪਾਂ ਛੋਟੇ ਹੁੰਦੇ ਕਾਲਾ ਪਾਣੀ ਦੀ ਸਜ਼ਾ ਸੁਣਦੇ ਮਸ਼ਹੂਰ ਹੈ ਉਹਦੇ ਕਰਕੇ ਮਸ਼ਹੂਰ ਹੈ ਕਿਉਂਕਿ ਅੰਡੋਮਾਨ ਨਿਕੋਬਾਰ ਇਜ਼ ਅ ਯੂਨੀਅਨ ਟੈਰੇਟਰੀ, ਕਿਉਂਕਿ ਉਹ ਯੂਨੀਅਨ ਟੈਰੇਟਰੀ ਇਸ ਕਰਕੇ ਉਹ ਸੈਂਟਰਲ ਗਵਰਨਮੈਂਟ ਦੇ ਅੰਡਰ ਆਉਂਦੀ ਹੈ। ਉੱਥੇ ਲੈ ਕੇ ਜਾਣ ਦੇ ਚਾਂਸਿਸ ਜ਼ਿਆਦਾ ਨੇ ਕਿਉਂਕਿ ਉੱਥੇ ਲਿਜਾਣ ਵਾਸਤੇ ਇਹਨਾਂ ਨੂੰ ਕੋਈ ਪਰਮਿਸ਼ਨ ਦੀ ਲੋੜ ਨਹੀਂ ਹੈਗੀ। ਉਹ ਕਿਉਂਕਿ ਉਹ UT ਹੈ ਅੰਡੋਮਾਨ ਨਿਕੋਬਾਰ, ਉਹ ਸੈਂਟਰ 'ਚ ਸਰਕਾਰ ਦੇ ਥੱਲੇ ਆਉਂਦੀ ਹੈ, ਉੱਥੋਂ ਓਕੇ ਹੋ ਗਿਆ ਉਹਨਾਂ ਨੇ ਸਵੇਰੇ ਲੈ ਜਾਣੇ। ਪਰ ਦੇਖਿਆ ਜਾਵੇ ਜਿਵੇਂ ਜੇ ਸਾਊਥ ਦੀ ਵੀ ਗੱਲ ਕਰੀਏ ਵਕੀਲ ਸਾਹਿਬ, ਜਿਵੇਂ ਤੁਸੀਂ ਕਿਹਾ ਵੀ ਉੱਥੋਂ ਪਰਮਿਸ਼ਨ ਲੈਣੀ ਪਊਗੀ, ਅਜਿਹੇ ਕੰਮ ਵਾਸਤੇ ਸੈਂਟਰ ਜਾਂ NIA ਵਰਗੀ ਵੱਡੀ ਏਜੰਸੀ ਨੂੰ ਕਿੰਨੀ ਕੁ ਵੱਡੀ ਦਿੱਕਤ ਆ ਗਈ ਵੀ ਉੱਥੋਂ ਦੂਜੀ ਸਰਕਾਰ ਉਹਨਾਂ ਨੂੰ ਨਹੀਂ ਅਲਾਓ ਕਰੂਗੀ? ਨਹੀਂ, ਉਹ ਇਟ ਟੇਕਸ ਟਾਈਮ, ਉਸ ਗੱਲ ਨੂੰ ਟਾਈਮ ਬਹੁਤ ਲੱਗ ਜਾਂਦਾ ਜੀ। ਠੀਕ ਹੈ, NIA ਨੈਸ਼ਨਲ ਏਜੰਸੀ ਹੈ, ਬਹੁਤ ਵੱਡੀ ਏਜੰਸੀ, ਉਹ ਵੀ ਠੀਕ ਹੈ, ਲੇਕਿਨ ਫਿਰ ਵੀ ਸਟੇਟ ਗਵਰਨਮੈਂਟ ਤੋਂ ਅਪਰੂਵਲ ਲੈਣੀਆਂ, ਪਰਮਿਸ਼ਨ ਲੈਣੀਆਂ, ਉਹ ਕਾਫੀ ਟਾਈਮ ਟੇਕਿੰਗ ਪ੍ਰੋਸੈਸ ਹੈ ਜੀ ਉਹ ਵਾਲਾ। ਇਸੇ ਕਰਕੇ ਉਹਨਾਂ ਸੈਕਿੰਡ ਥਾਟ ਜਿਹੜੀ ਹੈ ਉਹ ਡਿਬਰੂਗੜ੍ਹ ਦੀ ਆਈ ਜਾਂ ਅੰਡੋਮਾਨ ਨਿਕੋਬਾਰ ਦੀ ਆਈ। ਅੰਡੋਮਾਨ ਨਿਕੋਬਾਰ ਦੇ ਚਾਂਸਿਸ ਬਹੁਤ ਜ਼ਿਆਦਾ ਆ ਕਿਉਂਕਿ ਉੱਥੇ ਕੋਈ ਪਰਮਿਸ਼ਨ ਦੀ ਲੋੜ ਨਹੀਂ, ਕੋਈ ਅਪਰੂਵਲ ਦੀ ਲੋੜ ਨਹੀਂ, ਔਰ ਉਹ ਜਿਹੜੀ ਉੱਥੋਂ ਦੀ ਸੈਲੂਲਰ ਜੇਲ੍ਹ ਹੈ ਜੀ ਅੰਡੋਮਾਨ ਨਿਕੋਬਾਰ ਦੀ, ਬਹੁਤ ਮਸ਼ਹੂਰ ਜੇਲ੍ਹ ਹੈ, 3 ਮੰਜ਼ਿਲ, ਬਹੁਤ ਵੱਡੀ ਜੇਲ੍ਹ ਔਰ 3 ਮੰਜ਼ਿਲਾ ਜੇਲ੍ਹ ਹੈ। ਨਹੀਂ, ਸਿਕਿਉਰਿਟੀ ਪਰਖਾਂ ਜਿਵੇਂ ਕਹਿੰਦੇ ਹੁੰਦੇ ਨੇ ਵੀ ਮੈਕਸੀਮਮ ਹਾਈ ਸਿਕਿਉਰਿਟੀ ਦਾ ਮਤਲਬ ਦੇ ਨਾਲ ਨਾਲ ਇਹ ਵੀ ਆ ਵੀ ਜੇ ਗੈਂਗਸਟਰ ਨੇ ਜਾਂ ਕੋਈ ਵੀ ਕ੍ਰਿਮੀਨਲ ਹੈਗਾ ਤਾਂ ਉਹਦੇ ਉੱਤੇ ਸਖਤੀ ਦੇ ਤੌਰ 'ਤੇ ਵੀ ਉਨੀ ਵਰਤੀ ਜਾਂਦੀ ਹੈ, ਯਾਨੀ ਕਿ ਉਹਨੂੰ ਉਹ ਜਿਹੀਆਂ ਰਾਇਤਾਂ ਮੋਬਾਈਲਾਂ ਵਰਗੀਆਂ ਜਾਂ ਹੋਰ ਚੀਜ਼ਾਂ ਉੱਥੇ ਨਹੀਂ ਚੱਲ ਪਾਉਂਦਾ ਸਿੱਕਾ? ਨਹੀਂ ਨਹੀਂ, ਉੱਥੇ ਕੁਛ ਨਹੀਂ ਚੱਲਣਾ। ਔਲਰੇਡੀ ਅੰਡੋਮਾਨ ਨਿਕੋਬਾਰ ਦੀ ਜੇਲ੍ਹ ਹੈ ਜੀ, ਉਹ ਮਸ਼ਹੂਰ ਰਹੀ ਹੈ ਜੇਲ੍ਹ ਪੁਰਾਣਿਆਂ ਸਮਿਆਂ ਤੋਂ ਕਿ ਜਿਹੜੇ ਫਰੀਡਮ ਫਾਈਟਰ ਸੀਗੇ ਜਿਨ੍ਹਾਂ ਨੂੰ ਉੱਥੇ ਰੱਖਦੇ ਸੀਗੇ ਉਹਨਾਂ ਨੂੰ ਉੱਥੇ ਟੋਰਚਰ ਕਰਨ ਦੇ ਬਹੁਤ ਤਰੀਕੇ ਨੇ ਅੰਡੋਮਾਨ ਨਿਕੋਬਾਰ ਜੇਲ੍ਹ 'ਚ। ਇਸੇ ਕਰਕੇ ਉਹਨੂੰ ਕਾਲਾ ਪਾਣੀ ਦੀ ਸਜ਼ਾ ਵਾਲੀ ਜੇਲ੍ਹ ਕਹਿੰਦੇ ਆ। ਉੱਥੇ ਕੋਈ ਮੋਬਾਈਲ ਨਹੀਂ ਚੱਲਣਾ, ਉੱਥੇ ਸਿਰਫ ਜਿਹੜਾ ਲੋਕਲ PCO ਦਾ ਫੋਨ ਹੋਊਗਾ, ਔਰ ਉੱਥੇ ਜਾ ਕੇ ਬਈ ਆਪਣੇ ਜਿਹੜੇ ਮੁੰਡੇ ਨੇ ਜਿਵੇਂ ਇੱਥੇ ਜੇਲ੍ਹਾਂ 'ਚ ਹੋ ਜਾਂਦਾ ਵੀ ਲੜ ਪਏ ਜੀ, ਉੱਥੇ ਅੱਖ ਨਹੀਂ ਚੱਕ ਸਕਦੇ। ਕਾਰਨ ਕੀ ਇਹੋ ਜਿਹਾ ਕੀ ਕਰਦੇ ਨੇ ਉਹ? ਬਸ ਉਹ ਕਿਉਂਕਿ ਉਹ ਪੁਰਾਣੀ ਗੋਰਿਆਂ ਦੇ ਟਾਈਮ ਦੀ ਜੇਲ੍ਹ ਹੈ ਜੀ, ਉੱਥੇ ਉਹੋ ਜਿਹਾ ਉੱਥੋਂ ਦਾ ਸਟਾਫ ਟ੍ਰੇਨਡ ਹੈ। ਠੀਕ ਹੈ, ਅਗਲੇ ਨੇ ਸਿਰ ਨਹੀਂ ਚੱਕਣ ਦੇਣਾ, ਮਿੰਟ 'ਚ ਥੱਲੇ ਸੁੱਟ ਲਿਆ। ਯਾਨੀ ਕਿ ਕਹਿਣ ਦਾ ਮਤਲਬ ਜੇ ਉਰੇ ਜਿਵੇਂ ਆਮ ਤੌਰ 'ਤੇ ਆਪਾਂ ਦੇਖਦੇ ਹਾਂ ਵੀ ਆਪਣਾ ਕਾਫੀ ਪੁਲਿਸੀਆ ਸਟਾਫ ਹੈ ਜਿਹੜਾ ਪੰਜਾਬੀ ਸਟਾਫ ਹੈਗਾ, ਅਤੇ ਉਹ ਜਦੋਂ ਲੜਦੇ ਨੇ ਕਰਦੇ ਨੇ ਉਹ ਜ਼ਿਆਦਾ ਕਹਿੰਦੇ ਵੀ ਨਹੀਂ, ਕਿਉਂਕਿ ਇੱਕ ਤਾਂ ਵੈਸੇ ਹਮਦਰਦੀ ਨਾਲ ਕਹਿ ਲਈਏ ਤਾਂ ਇਹ ਜ਼ਰੂਰ ਹੁੰਦਾ ਵੀ ਚਲੋ ਉਹ ਵੀ ਪੰਜਾਬੀ ਨੇ, ਉਹ ਉਸੇ ਤਰ੍ਹਾਂ ਦਾ ਮਾਹੌਲ ਹੈ। ਦੂਜੇ ਪਾਸੇ ਇਹ ਵੀ ਸਾਡੇ ਲੋਕ ਕਹਿੰਦੇ ਨੇ ਵੀ ਅਸੀਂ ਕਾਹਨੂੰ ਪੰਗਾ ਲੈਣਾ ਯਾਰ, ਸਾਡੇ 'ਤੇ ਕਾਹਨੂੰ ਨਾ ਇਹ ਕੋਈ ਅਟੈਕ ਕਰਾ ਦੇਣ ਜਾਂ ਹੋਰ, ਉਹ ਉੱਥੇ ਦੇ ਨੂੰ ਕੋਈ ਮਤਲਬ ਨਹੀਂ ਹੋਣਾ ਇਸ ਚੀਜ਼ ਦੇ ਨਾਲ, ਅਤੇ ਜੇ ਉਹਨਾਂ ਨੇ ਕੋਈ ਸਜ਼ਾ ਦੇਣੀ ਹੈ ਇਹਨਾਂ ਨੂੰ ਕਿਸੇ ਗਲਤੀ ਦੀ ਵਜ੍ਹਾ, ਤਾਂ ਉਹ ਸਜ਼ਾ ਦੇਣਗੇ ਦੇਣਗੇ, ਬਿਲਕੁਲ ਦੇਣਗੇ ਸਰ। ਇੱਥੇ ਜਿਵੇਂ ਤੁਸੀਂ ਬਿਲਕੁਲ ਠੀਕ ਦੱਸਿਆ ਕਿ ਜਿਹੜੇ ਇੱਥੇ ਗਾਰਦ ਨੇ ਉਹ ਪੰਜਾਬੀ ਨੇ, ਉਹ ਇੱਕ ਸੋਚ ਜਾਂਦਾ ਯਾਰ ਮੈਨੂੰ ਕੀ ਲੋੜ ਹੈ, ਕੱਲ੍ਹ ਨੂੰ ਮੇਰੇ ਦੁਆਲੇ ਹੋਣਗੇ। ਦੂਜਾ ਕਿਉਂਕਿ ਆਪਾਂ ਸਾਰੇ ਪੰਜਾਬੀ ਹਾਂ ਇਸ ਕਰਕੇ ਵੀ ਖਿਆਲ ਰੱਖ ਲੈਂਦੇ ਆ, ਉੱਥੋਂ ਦੇ ਜਿਹੜੇ ਇੰਪਲੋਈਜ਼ ਨੇ ਜੀ ਉਹ ਨਾ ਤਾਂ ਪੰਜਾਬੀ ਨੇ, ਨਾ ਮਰਾਠੀ ਨੇ, ਨਾ ਗੁਜਰਾਤੀ ਨੇ, ਉਹ ਉੱਥੋਂ ਦੇ ਲੋਕਲ ਨੇ। ਉਹਨਾਂ ਨੂੰ ਕੁਛ ਨਹੀਂ ਪਤਾ ਵੀ ਕੌਣ ਹੈ ਲਾਰੈਂਸ ਜਾਂ ਕੌਣ ਹੈ ਜੱਗੂ ਜਾਂ ਕੌਣ ਹੈ ਗਗਨ, ਉਹ ਨਹੀਂ ਜਾਣਦੇ। ਉਹਨਾਂ ਵਾਸਤੇ ਤਾਂ ਇਹ ਕੈਦੀ ਨੇ, ਇੱਥੋਂ ਟ੍ਰਾਂਸਫਰ ਹੋ ਕੇ ਉੱਥੇ ਆਏ ਨੇ, ਉਹ ਬਣਾਉਣਗੇ ਬੰਦਾ ਸਾਰਿਆਂ ਦਾ ਉੱਥੇ। ਪਰ ਜੇ ਦੇਖੀਏ ਕਹਿਣ ਦਾ ਮਤਲਬ ਜਿਵੇਂ ਉੱਥੇ ਦੀ ਨੌ ਹੀ ਕਾਫੀ ਆ, ਜਿਵੇਂ ਜਦੋਂ ਦਾ ਨੌ ਚੱਲਿਆ ਉਦੋਂ ਦਾ ਆਮ ਲੋਕਾਂ ਨੂੰ ਵੀ ਲੱਗਿਆ ਪਿਆ ਵੀ ਯਾਰ ਬਹੁਤ ਸਖਤ ਜੇਲ੍ਹ 'ਚ ਜਾਣਗੇ, ਗੈਂਗਸਟਰਾਂ ਦੇ ਮਨ 'ਚ ਵੀ ਖੌਫ ਹੈਗਾ ਉਸ ਉੱਥੇ ਜਾਣ ਨੂੰ ਲੈ ਕੇ ਵੀ ਉੱਥੇ ਭੇਜ ਤਾ ਸਾਡੇ ਨਾਲ ਪਤਾ ਨਹੀਂ ਕੀ ਹੋਣਾ ਜੀ? ਬਿਲਕੁਲ ਹੈਗਾ ਜੀ, ਜਦ ਹੀ ਇਹ ਗੱਲ ਅੰਡੋਮਾਨ ਨਿਕੋਬਾਰ ਵਾਲੀ ਜਾਂ ਸਾਊਥ ਵਾਲੀ ਸ਼ੁਰੂ ਹੋਈ ਹੈ, ਜਿਹੜੇ 2-4 ਮੇਰੇ ਕੰਟੈਕਟਸ ਨੇ ਉਹ ਮੈਨੂੰ 2 ਵਾਰੀ ਕਹਿ ਚੁੱਕੇ ਕਿ ਭਾਅ ਜੀ ਵੀ ਕੋਈ ਰੇਟ ਲਾਓ ਵੀ ਆਪਾਂ ਨਾ ਜਾਈਏ ਉੱਥੇ, ਹੈ ਨਾ, ਪਰ ਇੱਦਾਂ ਰੇਟ ਲੱਗ ਨਹੀਂ ਸਕਦੀ, ਹਜੇ ਤਾਂ ਰੇਟ ਹੀ ਨਹੀਂ ਮੇਨਟੇਨੇਬਲ ਹੈ। ਇਹ ਮੈਂ ਸੱਚਕਰ ਤੁਹਾਨੂੰ ਪੁੱਛਣਾ ਵੀ ਸੀ ਵੀ ਜਿਵੇਂ ਇਹ ਚੀਜ਼ ਸਾਹਮਣੇ ਆ ਗਈ, ਸਪੋਜ਼ ਕਰੋ ਕੱਲ੍ਹ ਨੂੰ ਲਿਸਟ ਆ ਜਾਂਦੀ ਹੈ ਵੀ ਫਲਾਣੇ ਫਲਾਣੇ ਗੈਂਗਸਟਰ ਨੂੰ, ਕਿਉਂਕਿ ਸਭ ਤੋਂ ਜ਼ਿਆਦਾ ਤਾਂ ਲਾਰੈਂਸ ਦਾ ਹੀ ਚਲੋ ਨਾਂ ਚੱਲ ਰਿਹਾ, ਜਾਂ ਉਹਦੇ ਨਾਲ ਜੇ ਜੱਗੂ ਭਗਵਾਨਪੁਰੀਏ ਦੀ ਗੱਲ ਕਰ ਲਈਏ, ਇਹ ਜਦੋਂ ਨਾਮ ਲਿਸਟ ਬਣ ਕੇ ਆ ਗਈ ਉਹ ਲਿਸਟ ਨੂੰ ਤੁਸੀਂ ਉਰੇ ਚੈਲੇਂਜ ਕਰ ਸਕੋਗੇ? ਚੈਲੇਂਜ ਤਾਂ ਕਰ ਸਕਾਂਗੇ ਜੀ, ਪਰ ਉਹਦਾ ਫਾਇਦਾ ਨਹੀਂ ਹੋਣਾ ਕਿਉਂਕਿ ਕਿਸੇ ਵੀ ਕੋਰਟ ਨੇ ਉਹਨੂੰ ਹੱਥ ਨਹੀਂ ਪਾਉਣਾ, ਕਿਉਂਕਿ NIA ਇਨਵੋਲਵਡ ਹੈ, ਸੈਂਟਰਲ ਗਵਰਨਮੈਂਟ ਇਨਵੋਲਵਡ ਹੈ, ਇੱਕ ਵਾਰੀ ਤਾਂ ਜਾਣਗੇ ਉੱਥੇ। ਅੱਛਾ, ਇੱਥੇ ਕੋਰਟ 'ਚ ਸਾਨੂੰ ਉਹਦੇ 'ਚ ਕਾਨੂੰਨ ਦੇ ਹਿਸਾਬ ਨਾਲ ਮੈਨੂੰ ਲੱਗਦਾ ਨਹੀਂ ਵੀ ਕੋਈ ਰਿਲੀਫ ਮਿਲੂਗਾ। ਯਾਨੀ ਕਿ ਕੋਰਟਾਂ ਇਸ ਚੀਜ਼ ਨੂੰ ਨਹੀਂ ਦੇਖਣਗੀਆਂ ਵੀ ਜੇ ਆਹ ਜੇਲ੍ਹ ਤੋਂ ਉਹ ਸ਼ਿਫਟ ਕਰਤਾ ਤਾਂ ਤੁਹਾਡੇ ਕੋਲ ਗਰਾਊਂਡ ਕੀ ਹੈ, ਵੀ ਕਿਉਂ ਨਹੀਂ ਜਾਣਾ ਚਾਹੀਦਾ, ਜੇਲ੍ਹ ਤਾਂ ਜੇਲ੍ਹ ਹੈ। ਦੇਖੋ, ਮੇਨ ਪਰਪਸ ਜਿਹੜਾ ਹੈ ਜੀ NIA ਦਾ ਜਾਂ ਸਰਕਾਰ ਦਾ, ਉਹ ਹੈ ਵੀ ਇਹਨਾਂ ਦਾ ਇੱਕ ਦੂਜੇ
ਮਾਰਨ ਤੋਂ ਬਾਅਦ ਨਾਲ ਦੀ ਨਾਲ ਅਗਲੇ ਲਾਈਵ ਹੋ ਗਏ, ਲਾਈਵ ਹੋ ਕੇ ਅਗਲਿਆਂ ਨੇ ਕਹਿਤਾ ਜੀ ਅਸੀਂ ਮਾਰੇ ਹਾਂ। ਸੋ ਇਹ ਸਾਰਾ ਪ੍ਰੋਸੈਸ ਇਸ ਕੰਮ ਨੂੰ ਖਤਮ ਕਰਨ ਵਾਸਤੇ ਹੈ ਵੀ ਇਹਨਾਂ ਦਾ ਇੱਕ ਦੂਜੇ ਦੇ ਨਾਲ ਲਿੰਕ ਟੁੱਟੇ ਤਾਂ ਕਿ ਕ੍ਰਾਈਮ ਨੂੰ ਠੱਲ ਪਵੇ। ਯਾਨੀ ਕਿ ਜਿਹੜੀ ਗੱਲਾਂ ਇਹ ਵੀ ਕਹਿਣ ਦਾ ਮਤਲਬ ਥਾਪੀਆਂ ਮਾਰਦਾ ਹੁੰਦੇ ਨੇ ਕੋਈ ਜੇਲ੍ਹ ਦੇ ਵਿੱਚ ਕਾਰਾ ਕਰਕੇ ਅਤੇ ਉਦੋਂ ਬਾਅਦ ਦੇ ਵਿੱਚ ਬਾਹਰ ਆਉਂਦਾ, ਚਲੋ ਦਹਿਸ਼ਤ ਫੈਲਦੀ ਆ ਉਹਦੇ ਨਾਲ, ਨੋ ਡਾਊਟ ਕਿ ਇਹ ਲੋਕਾਂ ਨੂੰ ਲੱਗਦਾ ਵੀ ਅਰੇ ਉੱਥੇ ਜਦੇ ਕੁਛ ਕਰ ਸਕਦੇ ਨੇ, ਇਹ ਵਾਲੀਆਂ ਚੀਜ਼ਾਂ ਜਦੋਂ ਕਰਦੇ ਨੇ ਕਹਿਣ ਦਾ ਮਤਲਬ ਉਹ ਇਹਨਾਂ ਦੀ ਇੱਕ ਤਰ੍ਹਾਂ ਦੀ ਲੇਖਣੀ ਲਿਖੀ ਜਾਂਦੀ ਹੈ ਵੀ ਉਹ ਇਨ ਫਿਊਚਰ ਫਿਰ ਇਸ ਤਰ੍ਹਾਂ ਦੇ ਫੈਸਲੇ ਬਣ ਕੇ ਆ ਜਾਂਦੇ ਨੇ ਕਈ ਵਾਰੀ। ਬਿਲਕੁਲ ਸਰ, ਬਿਲਕੁਲ। ਔਰ ਇਹ ਜੋ ਕੁਛ ਇੱਥੇ ਹੋ ਚੁੱਕਿਆ ਇਹ ਉੱਥੇ ਨਹੀਂ ਹੋ ਸਕਦਾ ਅੰਡਮਾਨ। ਜੇ ਅੰਡਮਾਨ ਨਿਕੋਬਾਰ ਲੈ ਕੇ ਜਾਣ ਜਿਹਦੇ ਚਾਂਸਿਸ ਬਹੁਤ ਜ਼ਿਆਦਾ ਆ, ਉੱਥੇ ਜਾ ਕੇ ਇਹੋ ਜਿਹਾ ਕੁਛ ਨਹੀਂ ਕਰ ਸਕਦੇ ਕੋਈ ਵੀ, ਸਾਰਿਆਂ ਨੂੰ ਉੱਥੇ ਬੰਦਿਆਂ ਵੱਕਣ ਹੀ ਰਹਿਣਾ ਪੈਣਾ ਜਾ ਕੇ। ਪਰ ਜੇ ਜਿਵੇਂ ਕਹਿੰਦੇ ਹੁੰਦੇ ਨੇ ਕਿਤੇ ਤੇਰੀ ਹੜਦੇ ਹੁੰਦੇ, ਜੇ ਉੱਥੇ ਜਾ ਕੇ ਕੋਈ ਕਿਤੇ ਤਕਰੀ, ਫਿਰ ਕਹਿਣ ਦਾ ਮਤਲਬ ਉਹਦਾ ਖਮਿਆਜਾ ਭੁਗਤਣਾ ਪਊਗਾ। ਬਿਲਕੁਲ ਜੀ, ਜੇ ਉੱਥੇ ਕੁਛ ਕਰਨਗੇ ਇਹੋ ਜਿਹਾ ਫਿਰ ਉਹਦੇ ਰਿਜ਼ਲਟਸ ਵੀ ਭੁਗਤਣੇ ਪੈਣਗੇ। ਇੱਕ ਚੀਜ਼ ਗਿੱਲ ਸਾਹਿਬ ਹੋਰ ਦੱਸਿਓ, ਇਹ ਜਿਵੇਂ ਅਲੱਗ ਅਲੱਗ ਨਾਮ ਦੇ ਹੈਗੇ ਨੇਗੇ, ਪੰਜਾਬ ਦੇ ਵਿੱਚ ਕਿੰਨੇ ਕੁ ਲੱਗਦਾ ਵੀ, ਕਿਉਂਕਿ ਉਹ ਤਾਂ ਖੈਰ ਪੂਰੇ ਦੇਸ਼ ਦੀ ਤਿਆਰ ਕਰ ਰਹੇ ਨੇ ਲਿਸਟ, ਉਹਦੇ ਵਿੱਚ ਹੋ ਸਕਦਾ ਵੀ ਪੰਜਾਬ ਦੇ ਵੀ ਵੱਡੇ ਤੌਰ 'ਤੇ ਆਵੇ, ਪੰਜਾਬ ਦੇ ਜੇ ਦੇਖਿਆ ਜਾਵੇ ਕਿੰਨੇ ਕੁ ਨਾਮੀ ਇਸ ਤਰ੍ਹਾਂ ਦੇ ਨੇ, ਜਿਵੇਂ ਲੋਰੈਂਸ ਜੱਗੂ ਭਗਵਾਨਪੁਰੀ ਦੀ ਗੱਲ ਕਰੀ, ਇਹ ਜਿਵੇਂ ਤੁਸੀਂ ਜੱਜ ਦੀ ਦੱਸ ਰਹੇ ਸੀਗੇ, ਇਹ ਕਿੰਨੇ ਕੁ ਨਾਮ ਨੇ ਜਿਹੜੇ ਟੌਪ 'ਤੇ ਨੇ ਜਿਨ੍ਹਾਂ ਦੇ ਜਾਣ ਦੇ ਚਾਂਸਿਸ ਹੈਗੇ ਨੇ? ਦੇਖੋ ਹਜੇ ਤੱਕ ਔਫੀਸ਼ੀਅਲ ਕੋਈ ਨੰਬਰ ਨਹੀਂ ਆਇਆ ਜੀ, ਲੇਕਿਨ ਜਿੰਨਾ ਕੁ ਅਨਔਫੀਸ਼ੀਅਲੀ ਪਤਾ ਲੱਗਿਆ ਉਹ ਇਹੀ ਹੈ ਕਿ ਇੱਕ ਲੋਰੈਂਸ ਹੈ, ਜੱਗੂ ਹੈ, ਗਗਨ ਜੱਜ ਹੈ, ਰਾਜੀਵ ਰਾਜਾ ਹੈ ਬਠਿੰਡੇ ਜੇਲ੍ਹ, ਮਨਦੀਪ ਹੈ ਔਰ ਅੰਮ੍ਰਿਤਪਾਲ ਹੈ ਔਰ ਇੱਕ ਭਲਵਾਨ ਹੈ। ਸੋ ਇਹਨਾਂ 7-8 ਦਾ ਪਤਾ ਲੱਗਿਆ ਜੀ ਹਜੇ ਕਿ ਇਹਨਾਂ ਦੀ ਚਾਂਸਿਸ ਹੈਗੇ ਨੇ ਉੱਥੇ ਲੈ ਕੇ ਜਾਣ ਦੇ ਇਹਨਾਂ ਨੂੰ। ਪਰ ਜਿਵੇਂ ਹੌਲੀ ਹੌਲੀ ਇਹਨਾਂ ਨੂੰ ਪਤਾ ਲੱਗ ਰਿਹਾ ਹੋਣਾ, ਉਸ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਵੀ ਕੁੱਲ ਮਿਲਾ ਕੇ ਤਾਂ ਕਹਾਣੀ, ਕਿਉਂਕਿ ਵਕੀਲਾਂ 'ਤੇ ਆ ਜਾਂਦੀ ਹੈ, ਤੁਹਾਡੇ 'ਤੇ ਆ ਜਾਂਦੀ ਹੈ ਵੀ ਸਾਡੇ ਵਾਸਤੇ ਪੈਰਵਾਈ ਕਰੋ, ਇਸ ਚੀਜ਼ ਤਰ੍ਹਾਂ ਦਾ ਨਾ ਹੋਵੇ, ਜਦੋਂ ਕਹਿ ਸਕਦੇ ਹਾਂ ਵੀ ਭਾਵੇਂ ਲੋਕ ਇਹਨਾਂ ਤੋਂ ਡਰਦੇ ਨੇ ਪਰ ਇਹਨਾਂ ਦੇ ਮਨ ਦੇ ਵਿੱਚ ਵੀ ਡਰ ਕਿਤੇ ਨਾ ਕਿਤੇ ਕੋਈ ਨਾ ਕੋਈ ਹੈਗਾ? ਬਿਲਕੁਲ ਹੈਗਾ ਜੀ, ਦੇਖੋ ਸਾਰੇ ਡਰਦੇ ਨੇ ਔਰ ਲੋਕ ਕਹਿ ਦਿੰਦੇ ਨੇ ਵੀ ਇਹ ਗੈਂਗਸਟਰ ਨੇ, ਇਹ ਇੱਦਾਂ ਜੀ ਇੱਦਾਂ। ਗੈਂਗਸਟਰ ਤਾਂ ਟਾਈਮ ਦੇ ਨਾਲ ਹੀ ਬੰਦਾ ਬਣਦਾ ਜੀ, ਕੋਈ ਪਿੱਛੋਂ ਤਾਂ ਬਣ ਕੇ ਨਹੀਂ ਆਉਂਦਾ। ਔਰ ਇਹਨਾਂ ਨੂੰ ਜੇ ਅੱਜ ਗੈਂਗਸਟਰ ਬਣੇ ਨੇ ਤਾਂ ਉਹਦੇ 100% ਦੋਸ਼ੀ ਇਹ ਆਪ ਇਕੱਲੇ ਨੀਗੇ, ਸਿਸਟਮ ਵੀ ਇਹਨਾਂ ਨੂੰ ਗੈਂਗਸਟਰ ਬਣਾਉਂਦਾ ਜੀ। ਇਹ ਜਿਵੇਂ ਆਮ ਤੌਰ 'ਤੇ ਅਸੀਂ ਇਹਨਾਂ ਦੇ ਮੂੰਹੋਂ ਵੀ ਕਈ ਵਾਰ ਸੁਣਦੇ ਹਾਂ ਜਾਂ ਇਹਨਾਂ ਦੀ ਫੈਮਿਲੀ ਦੇ ਮੂੰਹੋਂ ਸੁਣਦੇ ਹਾਂ, ਤਾਂ ਉਹ ਯਾਨੀ ਕਿ ਕਿਤੇ ਨਾ ਕਿਤੇ ਚੀਜ਼ਾਂ ਹੈਗੀਆਂ ਨੇ ਉਹ ਜਿਹੜੀਆਂ ਹੈਗੀਆਂ? ਸਰ 100% ਹੈਗੀਆਂ, ਮੈਨੂੰ ਮੈਂ ਐਜ਼ ਅ ਮੈਟਰ ਆਫ ਫੈਕਟ ਤੁਹਾਨੂੰ ਦੱਸ ਰਿਹਾ। ਮੈਂ ਕਿਉਂਕਿ ਇਹਨਾਂ ਦੇ ਕੇਸ ਕਰਦਾ ਵਾਂ, ਵਿੱਚ ਵਿਚਰਦਾ, ਮੈਂ ਦੇਖ ਰਿਹਾ, ਇਹਨਾਂ ਦੀ ਵੀ ਗਲਤੀਆਂ ਹੈਗੀਆਂ ਨੇ, ਬਟ ਐਟ ਦ ਸੇਮ ਟਾਈਮ ਸਿਸਟਮ ਵੀ ਇਹਨਾਂ ਨੂੰ ਬਹੁਤ ਫੋਰਸ ਕਰਦਾ ਜੀ ਗੈਂਗਸਟਰ ਬਣਨ ਵਾਸਤੇ। ਪਰ ਵਕੀਲ ਸਾਹਿਬ ਲਾਸਟ 'ਚ ਮੈਂ ਪੁੱਛਾਂ, ਚਲੋ ਇਹ ਚੀਜ਼ਾਂ ਤਾਂ ਵੱਖਰੀਆਂ ਰਹੀਆਂ ਤੁਹਾਡੇ ਨਾਲ ਜਦੋਂ, ਕਿਉਂਕਿ ਉਹ ਤਾਂ ਪੂਰੇ ਠੀਕ ਹੈ ਵੀ ਇਹ ਇੱਕ ਗੱਲ ਕਹਿ ਸਕਦੇ ਹਾਂ ਵੀ ਜਿਹੜੇ ਸਭ ਤੋਂ ਜ਼ਿਆਦਾ ਭਰੋਸਾ ਕਰਦੇ ਨੇ, ਅਤੇ ਦੂਜੇ ਪਾਸੇ ਗੱਲ ਇਹ ਹੈ ਵੀ ਇਹਨਾਂ ਨੂੰ ਲੱਗਦਾ ਯਾਰ ਵੀ ਸਾਨੂੰ ਇਹ ਬੰਦਾ ਛੁਡਾ ਸਕਦਾ ਜਾਂ ਇਹ ਬੰਦਾ ਰਹਿਤ ਦਵਾ ਸਕਦਾ, ਤੁਹਾਡੇ 'ਤੇ ਤਾਂ ਨਹੀਂ ਕਿਸੇ ਤਰ੍ਹਾਂ ਦਾ ਕਦੇ ਕਦੇ ਇਹ ਚੀਜ਼ ਆਉਂਦੀ ਹੈਗੀ ਵੀ ਹਾਂਜੀ ਫਲਾਣਾ ਗੈਸਟ ਅਗਲਾ ਕਹਿੰਦਾ ਹੋਵੇ ਵੀ ਹਾਂ ਮੈਂ ਵਕੀਲ ਨੂੰ ਵੀ ਦਾ ਵੇਟ ਰੱਖ ਲੂੰ? ਨਹੀਂ, ਡਰ ਲੱਗਦਾ ਜੀ ਕਈ ਵਾਰੀ, ਕਈ ਵਾਰੀ ਤੁਰੇ ਆਈਦਾ ਤਾਂ ਲੱਗਦਾ ਯਾਰ ਇਹ ਕਾਰ ਪਿੱਛਾ ਗਰੀ ਜਾਂਦੀ ਹੈ, ਹੈ ਨਾ, ਪਰ ਇਹ ਵੀ ਵਾਹਿਗੁਰੂ ਬਚਾਈ ਖੜਾ ਜੀ ਅਜੇ ਤੱਕ। ਚਲੋ ਬਹੁਤ ਬਹੁਤ ਧੰਨਵਾਦ। ਤਾਂ ਇਹ ਕਹਿ ਸਕਦੇ ਹਾਂਗੇ ਕਿ ਇਹ ਜਿਹੜਾ ਡਰ ਖੌਫ ਜਦੋਂ ਦਾ NIA ਦਾ ਇਹ ਇੱਕ ਫੈਸਲਾ, ਹਾਲਾਂਕਿ ਓਫੀਸ਼ਲ ਤੌਰ 'ਤੇ ਚੀਜ਼ਾਂ ਕੀ ਬਣ ਕੇ ਆਉਣਗੀਆਂ, ਕੀ ਰੂਪ ਰੇਖਾ ਰਹੂਗੀ, ਉਹ ਡਿਟੇਲ ਉਦੋਂ ਬਾਅਦ 'ਚ ਸਪਸ਼ਟ ਹੋਣੀ ਆ, ਪਰ ਜਦੋਂ ਦੀਆਂ ਇਹ ਗੱਲਾਂ ਚੱਲੀਆਂ ਉਦੋਂ ਬਾਅਦ ਦੇ ਵਿੱਚ ਕਹਿ ਸਕਦੇ ਹਾਂ ਗੈਂਗਸਟਰਾਂ ਦੇ ਮਨ ਦੇ ਵਿੱਚ ਵੀ ਇਸ ਚੀਜ਼ ਨੂੰ ਲੈ ਕੇ ਡਰ ਤਾਂ ਆਉਂਦਾ ਵੀ ਜਦੋਂ ਫਲਾਣੀ ਥਾਂ 'ਤੇ ਲੈ ਕੇ ਜਾਣਾ ਤਾਂ ਉੱਥੇ ਜ਼ਾਹਿਰ ਜੀ ਗੱਲ ਹੈ ਵੀ NIA ਨੇ ਬਹੁਤ ਵੱਡਾ ਇੱਕ ਗਰਾਊਂਡ ਤਿਆਰ ਕਰਿਆ ਹੋਣਾ, ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਜੇ ਅਸੀਂ ਇਹਨਾਂ ਨੂੰ ਸ਼ਿਫਟ ਕਰਨ ਲੱਗੇ ਹਾਂ ਤਾਂ ਕਾਨੂੰਨੀ ਅੜਚਣਾ ਕੱਲ੍ਹ ਨੂੰ ਕੋਈ ਆ ਸਕਦੀਆਂ ਨੇ ਜਾਂ ਨਹੀਂ ਆ ਸਕਦੀਆਂ, ਤਾਂ ਇੱਕ ਵੱਡਾ ਗਰਾਊਂਡ ਉਹਨਾਂ ਦੇ ਕੋਲੇ ਹੋਊਗਾ। ਅਤੇ ਨਾਲੇ ਗੱਲ ਇਹੀ ਕਿ ਜਦੋਂ ਆਮ ਕਿਤਾਬਾਂ ਦੇ ਵਿੱਚ ਪੁਰਾਣੀ ਹਿਸਟਰੀ ਕਿਸੇ ਜੇਲ੍ਹ ਨੂੰ ਲੈ ਕੇ ਲਿਖੀ ਪਈ ਹੋਵੇ ਤਾਂ ਫਿਰ ਲਾਜ਼ਮੀ ਜੀ ਗੱਲ ਹੈ ਕਿ ਡਰ ਤਾਂ ਲੱਗਣਾ ਵਾਜਿਬ ਹੈ। ਵੀਡੀਓ ਜਰਨਲਿਸਟ ਅਮਨ ਦੇ ਨਾਲ ਸਮਿਤ ਸਿੰਘ, ਰੋਜ਼ਾਨਾ ਸਪੋਕਸਮੈਨ TV, ਚੰਡੀਗੜ੍ਹ।